ਕਿਹੜੀਆਂ ਕਿਹੜੀਆਂ ਪੇਂਟਿੰਗਾਂ ਬਣਾਈਆਂ? ਇਹ ਚ ਬਾਬਾ ਨਾਨਕ ਜੀ ਦੀ ਇੱਕ ਤਸਵੀਰ ਬਣਾਈ ਹੋਈ ਹੈ, ਭਗਤ ਸਿੰਘ ਜੀ ਦੀ, ਬਾਬਾ ਅੰਬੇਦਕਰ ਜੀ ਦੀ ਤੇ ਸ਼ਹੀਦ ਊਧਮ ਸਿੰਘ ਜੀ, ਕਾਫੀ ਹੋਰ ਕੁਦਰਤ ਨਾਲ ਰਿਲੇਟਡ ਪੇਂਟਿੰਗਾਂ ਬਣਾਈਆਂ ਹੋਈਆਂ ਹੈਗੇ, ਕੋਈ 70-80 ਘਰ ਹੈਗੇ ਆ ਜੀ ਮਜ਼ਦੂਰਾਂ ਦੇ, ਤੇ ਕਿਸੇ ਨੇ ਵੀ ਇਹੋ ਜਿਹਾ ਸਾਨੂੰ ਕੋਈ ਵੀ, ਸਾਰਿਆਂ ਨੇ ਖੁਸ਼ ਹੋ ਕੇ ਸਾਨੂੰ ਫੰਡ ਦਿੱਤਾ। ਇੱਦਾਂ ਦੇ ਕੰਮ NRI ਦੇ ਸਹਿਯੋਗ ਨਾਲ ਕਰਵਾਏ ਜਾਂਦੇ, ਪਰ ਇੱਥੇ ਮਜ਼ਦੂਰਾਂ ਨੇ ਜਿਹੜਾ ਆਪ ਤਹੱਈਆ ਕੀਤਾ। ਤੁਸੀਂ ਅਕਸਰ ਦੇਖਿਆ ਹੋਊਗਾ ਕੰਧਾਂ ਤੇ ਬੜੇ ਇਸ਼ਤਿਹਾਰ ਲੱਗੇ ਹੁੰਦੇ ਨੇ ਗੀਤਾਂ ਦੇ, ਬਾਬਿਆਂ ਦੇ, ਔਰ ਵਿਦੇਸ਼ਾਂ ਨੂੰ ਬਾਹਰ ਜਾਣ ਦੇ ਇਸ਼ਤਿਹਾਰੀ ਪੋਸਟਰ ਲੱਗੇ ਹੁੰਦੇ ਨੇ। ਜਿਵੇਂ ਜਵਾਕਾਂ ਦੀ ਪੜ੍ਹਾਈ ਦਾ ਮਸਲਾ ਜੀ, ਉਹਨਾਂ ਨੂੰ ਜਿਵੇਂ ਗਰੀਬ ਬੱਚੇ ਆ, ਕਿਸੇ ਨੂੰ ਕਿਤਾਬਾਂ ਦੀ ਲੋੜ ਆ ਜਾਂ ਕਿਸੇ ਵੀ ਚੀਜ਼ ਦੀ ਵਰਦੀ ਦੀ, ਬੂਟਾਂ ਦੀ, ਕਿਸੇ ਵੀ ਚੀਜ਼ ਦੀ ਲੋੜ ਆ, ਉਹਦੇ ਬਾਰੇ ਅਸੀਂ ਪੈਸੇ ਇਕੱਠੇ ਕਰਕੇ ਰੱਖਦੇ ਹੁੰਦੇ। ਜੇ ਵੀ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਆ ਗਰੀਬ ਪਰਿਵਾਰਾਂ ਨੂੰ, ਤਾਂ ਉਹ ਅਸੀਂ ਮਦਦ ਕਰਦੇ ਹਾਂ ਜੀ। ਹਰੇਕ ਕੰਮ ਦੀ ਮਿਹਨਤ ਬੰਦਾ ਲੈਂਦਾ, ਤੇ ਤੁਸੀਂ ਕੋਈ ਇਹਨਾਂ ਦੀ ਮਿਹਨਤ ਲਈ ਆ ਜਾਂ ਫ੍ਰੀ ਆਫ ਕੋਸਟ ਕੀਤਾ, ਉਹ ਕਿਵੇਂ ਆ? ਨਹੀਂ, ਅਸੀਂ ਜਿੰਨੇ ਵੀ ਮੁੰਡੇ ਸੀਗੇ ਜੀ, ਅਸੀਂ ਫ੍ਰੀ ਸੇਵਾ ਕੀਤੀ ਆ ਸਾਰਿਆਂ ਨੇ। ਆਪਾਂ ਉਹਨਾਂ ਘਰਾਂ ਚੋਂ ਆ ਹਨਾ, ਜਿਹੜੇ ਮਤਲਬ ਹੱਡ ਭੰਨ ਕੇ ਮਿਹਨਤ ਕਰਦੇ ਹਨਾ, ਰੋਜ਼ ਖਾਣਾ ਰੋਜ਼ ਕਮਾਉਣ ਵਾਲੀ ਗੱਲ ਆ। ਕਿਵੇਂ ਕੰਮ ਦਾ ਕਿਵੇਂ ਸਰਿਆ ਤੁਹਾਡਾ? ਦੋਸਤੋ, ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ, ਅੱਜ ਅਸੀਂ ਪਿੰਡ ਵੈਰੋਕੇ ਪਹੁੰਚੇ ਹੋਏ ਆ। ਤੁਸੀਂ ਅਕਸਰ ਦੇਖਿਆ ਹੋਊਗਾ ਕੰਧਾਂ ਤੇ ਬੜੇ ਇਸ਼ਤਿਹਾਰ ਲੱਗੇ ਹੁੰਦੇ ਨੇ ਗੀਤਾਂ ਦੇ, ਬਾਬਿਆਂ ਦੇ, ਔਰ ਵਿਦੇਸ਼ਾਂ ਨੂੰ ਬਾਹਰ ਜਾਣ ਦੇ ਇਸ਼ਤਿਹਾਰੀ ਪੋਸਟਰ ਲੱਗੇ ਹੁੰਦੇ ਨੇ, ਔਰ ਕੰਧਾਂ ਭਰੀਆਂ ਹੋਈਆਂ ਹੁੰਦੀਆਂ ਨੇ। ਅੱਜ ਅਸੀਂ ਪਿੰਡ ਵੈਰੋਕੇ ਪਹੁੰਚੇ ਹੋਏ ਆ, ਜਿੱਥੇ ਕੁਝ ਨੌਜਵਾਨਾਂ ਵੱਲੋਂ ਜਿਹੜੇ ਵਾਲ ਪੇਂਟਿੰਗ ਕੀਤੀ ਗਈ ਆ, ਔਰ ਉਹਦੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਔਰ ਨਾਲ ਸਲੋਗਨ, ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ, ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਨਾਲ ਉਹਨਾਂ ਦੇ ਸਲੋਗਨ ਆ, ਉਹਨਾਂ ਦੇ ਵਿਚਾਰ ਆ ਜਿਹੜੇ ਉਹ ਉਹਨਾਂ ਨੇ ਜਿਹੜੇ ਲਿਖੇ ਹੈਗੇ ਆ, ਔਰ ਇਹ ਸਾਰਾ ਤਹਾਈਆ ਜਿਹੜਾ ਨੌਜਵਾਨਾਂ ਨੇ ਆਪ ਕੀਤਾ, ਔਰ ਮਜ਼ਦੂਰ ਪਰਿਵਾਰਾਂ ਦੇ ਇਹ ਨੌਜਵਾਨ ਨੇ, ਔਰ ਮਜ਼ਦੂਰ ਪਰਿਵਾਰਾਂ ਦੀ ਜਿਹੜੀ ਹੈਗੀ ਆ ਆਪਣਾ ਗੁਜ਼ਾਰਾ ਜਿਹੜਾ ਔਖਾ ਹੁੰਦਾ, ਪਰ ਫਿਰ ਵੀ ਜਿਹੜਾ ਹੈਗਾ ਉਹਨਾਂ ਨੇ ਮਤਲਬ ਇਹ ਤਹਾਈਆ ਕੀਤਾ, ਆਪ ਫੰਡ ਜੁਟਾਏ, ਆਪ ਯਤਨ ਕੀਤੇ, ਔਰ ਜਿਹੜੇ ਪੋਸਟਰ ਆ ਵਾਲ ਪੇਂਟਿੰਗ ਆ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਉਹ ਨੌਜਵਾਨ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ, ਜਿਹੜੇ ਤੁਸੀਂ ਇਹ ਪੇਂਟਿੰਗ ਬਣਾਈ ਹੈਗੀ ਆ, ਠੀਕ ਆ, ਔਰ ਕੀ ਕਹਿਣਾ ਚਾਹੋਗੇ, ਮਤਲਬ ਕਿਵੇਂ ਵਿਚਾਰ ਤੁਹਾਡੇ ਮਨ ਚ ਆਇਆ ਵੀ ਆਹ ਕੰਮ ਕਰਨਾ ਚਾਹੀਦਾ ਹੈਗਾ? ਅਸੀਂ ਜੀ ਕਾਫੀ ਮੁੰਡੇ ਹੈਗੇ ਆ ਜੀ, ਅਸੀਂ ਗਰੁੱਪ ਦੇ ਵਿੱਚ 15-20 ਬਣੇ, ਸਾਡਾ ਫੋਨ ਤੇ ਵੀ ਇੱਕ ਗਰੁੱਪ ਬਣਿਆ ਹੋਇਆ ਸੋਚ ਦੀ ਸਾਂਝ ਬੈਰੋ ਤੇ, ਤੇ ਉਹਦੇ ਵਿੱਚ ਵੀ ਜੋ ਵੀ ਮਾਇੰਡ 'ਚ ਡਿਸਕਸ ਕਰਦੇ ਸੀ ਉਹਦੇ ਵਿੱਚ, ਤੇ ਅਸੀਂ ਬੈਠ ਕੇ ਸਾਰਿਆਂ ਨੇ ਵਿਚਾਰ ਚਰਚਾ ਕੀਤੀ ਵੀ ਕਿਉਂ ਨਾ ਇੱਕ ਬਾਬਾ ਜੀ ਦੀ, ਭਾਈ ਦਰਬਾਰੀ ਦਾਸ ਜੀ ਦੀ ਬਰਸੀ ਆ ਰਹੀ ਆ, ਕਿਉਂ ਨਾ ਕੋਈ ਨਵੇਕਲਾ ਕੰਮ ਕੀਤਾ ਜਾਵੇ। ਤੇ ਉਹ ਮੁੰਡਿਆਂ ਨੇ ਕਿਹਾ ਵੀ ਚਲੋ ਸਾਰਿਆਂ ਨੇ ਰਾਇ ਕੀਤੀ ਵੀ ਪੇਂਟ ਜਿਹੜਾ ਹੋ ਜਾਣਾ ਚਾਹੀਦਾ, ਪੇਂਟ ਕਰਕੇ ਚਲੋ ਮੁੰਡੇ ਨੇ ਆਪਦੇ ਕੋਲੋਂ ਆਪਣਾ ਦਸਵੰਧ ਕੱਢਿਆ, ਜੋ ਵੀ ਤਿਲ ਫੁੱਲ ਸੇਵਾ ਕੀਤੀ ਜੋ ਵੀ ਕੀਤੀ, ਤੇ ਉਹ ਸੇਵਾ ਕਰਕੇ ਇਕੱਠੇ ਹੋਏ ਪੈਸਿਆਂ ਦਾ ਪੇਂਟ ਲਿਆਂਦਾ, ਪੇਂਟ ਲਿਆ ਕੇ ਅਸੀਂ ਪਿੰਡਾਂ ਆਏ। ਕਿੰਨਾ ਫੰਡ ਹੋ ਗਿਆ? ਫੰਡ ਦਾ ਕਾਫੀ, ਸਾਡਾ ਖਰਚਾ ਦਾ 1.5 ਲੱਖ ਦੇ ਕਰੀਬ ਆ ਗਿਆ ਜੀ, ਤੇ ਜਦੋਂ ਫੰਡ ਕਰਨ ਲੱਗੇ ਸੀ ਥੋੜੇ ਸੀ ਪੈਸੇ, ਪਰ ਜਦੋਂ ਕੰਮ ਸ਼ੁਰੂ ਹੋ ਗਿਆ ਆਪ ਮੁਹਾਰੇ ਲੋਕਾਂ ਨੇ ਸਾਨੂੰ ਜਿਹੜੀ ਮਾਇਆ ਦਿੱਤੀ ਜੀ। ਕੀ ਕੀ ਦਿੱਕਤਾਂ ਆਈਆਂ ਬਾਈ? ਬੜਾ ਔਖ ਹੁੰਦਾ ਜਦੋਂ ਆਪਾਂ ਕੋਈ ਮਤਲਬ ਉਦਾਂ ਦਾ ਕਾਰਜ ਕਰਦੇ ਆ, ਤਾਂ ਲੋਕ ਵੀ ਬਹੁਤ ਲੱਤਾਂ ਖਿੱਚਦੇ ਆ ਵੀ ਐਵੇਂ ਤੁਰੇ ਫਿਰਦੇ ਆਪਦਾ ਕੰਮ ਛੱਡ ਕੇ, ਹਨਾ। ਹਰੇਕ ਕੰਮ ਦੀ ਮਿਹਨਤ ਬੰਦਾ ਲੈਂਦਾ, ਤੇ ਤੁਸੀਂ ਕੋਈ ਇਹਨਾਂ ਦੀ ਮਿਹਨਤ ਲਈ ਆ ਜਾਂ ਫ੍ਰੀ ਆਫ ਕੋਸਟ ਕੀਤਾ, ਉਹ ਕਿਵੇਂ ਆ ਸਾਰਾ? ਨਹੀਂ, ਅਸੀਂ ਜਿੰਨੇ ਵੀ ਮੁੰਡੇ ਸੀਗੇ ਜੀ, ਅਸੀਂ ਫ੍ਰੀ ਸੇਵਾ ਹੀ ਕੀਤੀ ਆ ਸਾਰਿਆਂ ਨੇ, ਤੇ ਬਾਕੀ ਰਹੀ ਗੱਲ ਲੱਤਾਂ ਖਿੱਚਦੇ, ਨਹੀਂ ਸਾਨੂੰ ਆਪਣੇ ਇਸ ਘਰਾਂ ਦੇ ਵਿੱਚ ਹੈਗੇ ਕੋਈ 70-80 ਘਰ ਹੈਗੇ ਆ ਜੀ ਮਜ਼ਦੂਰਾਂ ਦੇ, ਤੇ ਕਿਸੇ ਨੇ ਵੀ ਇਹੋ ਜਿਹਾ ਸਾਨੂੰ ਕੋਈ ਵੀ, ਸਾਰਿਆਂ ਨੇ ਖੁਸ਼ ਹੋ ਕੇ ਸਾਨੂੰ ਫੰਡ ਦਿੱਤਾ ਜੀ। ਕਿਹੜੀਆਂ ਕਿਹੜੀਆਂ ਪੇਂਟਿੰਗਾਂ ਬਣਾਈਆਂ ਬਈ?
ਇਹ ਬਾਬਾ ਨਾਨਕ ਜੀ ਦੀ ਇੱਕ ਤਸਵੀਰ ਬਣਾਈ ਹੋਈ ਹੈ, ਭਗਤ ਸਿੰਘ ਜੀ ਦੀ, ਬਾਬਾ ਅੰਬੇਦਕਰ ਜੀ ਦੀ ਤੇ ਸ਼ਹੀਦ ਊਧਮ ਸਿੰਘ ਜੀ, ਕਾਫੀ ਹੋਰ ਕੁਦਰਤ ਨਾਲ ਰਿਲੇਟਡ ਪੇਂਟਿੰਗਾਂ ਬਣਾਈਆਂ ਹੋਈਆਂ। ਕੀ ਲੱਗਦਾ ਤੁਹਾਨੂੰ ਇਹ ਅਸਰ ਪਾਉਣਗੀਆਂ? ਸੋਸ਼ਲ ਮੀਡੀਆ ਤਾਂ ਦੌਰ ਆ, ਮਤਲਬ ਜਵਾਨੀ ਆ ਜਿਹੜੀ ਪੰਜਾਬ ਦੀ ਉਹ ਉਧਰ ਨੂੰ ਉਲਾਰ ਆ। ਕੀ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਨੌਜਵਾਨ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਔਰ ਦੂਸਰੇ ਪਾਸੇ ਜਿਹੜੀਆਂ ਤੁਹਾਡੀਆਂ ਵਾਲ ਪੇਂਟਿੰਗ ਨੇ ਕੰਧਾਂ ਤੇ, ਲੱਗਦਾ ਵੀ ਨੌਜਵਾਨੀ ਮਤਲਬ ਇਹ ਕੋਈ ਅਸਰ ਕਰਨਗੀਆਂ ਉਹਨਾਂ ਦੇ? ਦੇਖੋ ਅਸੀਂ ਪਹਿਲਕਦਮੀ ਤਾਂ ਕੀਤੀ ਹੈ ਜੀ, ਤੇ ਸਾਨੂੰ ਵੈਸੇ ਤਾਂ ਜਿੰਨਾ ਕੁ ਰਿਸਪੋਂਸ ਲੰਘਦੇ ਰਾਹਗੀਰ ਹੈ ਤੇ ਸਾਰੇ ਜਾਣੀ ਕਿ ਸਲਾਘਾ ਯੋਗ ਕਦਮ ਕਹਿ ਕੇ ਜਾਂਦੇ ਆ ਜੀ। ਬਹੁਤ ਸੋਹਣੀ ਪਿਰਤ ਪਾਈ ਆ, ਸਾਰੇ ਪਿੰਡ ਨੇ ਵੀ ਸਾਨੂੰ ਇਹੋ ਹੀ ਕਿਹਾ ਵੀ, ਹੁਣ ਪਿੰਡ ਦੇ ਬਾਕੀ ਫੈਰਨੀਆਂ ਵਾਲੇ ਵੀ ਸਾਨੂੰ ਕਹਿ ਰਹੇ ਸੀ ਵੀ ਸਾਰਾ ਪਿੰਡ ਆਪਣਾ ਇਸ ਤਰ੍ਹਾਂ ਬਣੇ, ਜਾਣੀ ਕਿ ਕਿਸੇ ਨੇ ਉਹ ਕੋਈ ਕਹਿਣ ਦਾ ਭਾਵ ਵੀ ਉਹ ਓਦਾਂ ਨੀ ਕਿਹਾ ਵੀ ਜਾਂ ਗਲਤ ਹੋਇਆ ਜਾਂ ਕੁਛ। ਹਾਂਜੀ ਬਿਲਕੁਲ ਵਧੀਆ ਸੁਨੇਹਾ ਆਇਆ ਜੀ। ਕੀ ਸੋਚਿਆ ਬਾਈ ਅੱਗੇ? ਅੱਗੇ ਅਸੀਂ ਇਹ ਤੋਂ ਵਧੀਆ ਵੀ ਹੋਰ ਕਰਨ ਦੀ ਕੋਸ਼ਿਸ਼ ਆ ਜੀ ਸਾਡੀ। ਕੀ ਕਰਨਾ ਅੱਗੇ ਵੀ ਕੋਸ਼ਿਸ਼? ਜਿਵੇਂ ਕੋਈ ਮਜ਼ਦੂਰ ਘਰਾਂ ਦੇ ਸਾਡੇ ਕਿਸ ਨੂੰ ਲੋੜ ਆ, ਲੋੜਵੰਦ ਨੂੰ ਲੋੜ ਆ ਇਲਾਜ ਦੀ, ਉਹ ਵੀ ਅਸੀਂ ਮੁੰਡੇ ਇਕੱਠੇ ਹੋ ਕੇ ਸੇਵਾ ਕਰਦੇ ਹਾਂ ਜੀ। ਇੱਦਾਂ ਵੀ ਆਪ ਕਰਵਾਉਂਦੇ ਹਾਂ ਇਕੱਠੇ ਹੋ ਕੇ? ਹਾਂਜੀ ਅਸੀਂ ਆਪ ਹੀ ਪੈਸੇ, ਤੇ ਜੋ ਵੀ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਅਸੀਂ ਉਹਨਾਂ ਲਈ ਕਿਤਾਬਾਂ ਵੀ ਕਰਦੇ ਹਾਂ ਜੀ। ਹਾਂਜੀ ਆਪ ਹੀ ਅਰੇਂਜ ਕਰ? ਆਪ ਹੀ ਅਰੇਂਜ ਕਰ ਲੈ। ਗਰੁੱਪ ਗਰੁੱਪ ਬਣਿਆ ਬਈ ਕੋਈ? ਹਾਂਜੀ ਸਾਡਾ ਸੋਚ ਦੀ ਸਾਂਝ ਵੈਰੋ ਕੇ ਗਰੁੱਪ ਬਣਿਆ ਹੋਇਆ ਸੀ। ਕਿੰਨੇ ਨੌਜਵਾਨ ਉਹ ਚ ਹੈਗੇ ਜੀ? ਕੋਈ 100-150 ਮੁੰਡਾ ਹੋਊਗਾ ਜੀ। ਹਾਂਜੀ ਤੇ ਬਈ ਮਤਲਬ ਜਿਹੜਾ ਤੁਸੀਂ ਇਹ ਕਰ ਰਹੇ ਹੋ ਉਦਮ, ਹਨਾ, ਕਿੰਨੇ ਟਾਈਮ ਤੋਂ ਲੱਗੇ ਹੋਏ ਹੋ ਇਸ ਸੰਸਥਾ ਜੁੜੇ ਹੋਏ? ਸਾਨੂੰ ਤਕਰੀਬਨ ਹੋ ਗਏ ਹੋਣਗੇ 6-7 ਸਾਲ ਹੋ ਗਏ ਜੀ ਇਸ ਗਰੁੱਪ ਚ, 6-7 ਸਾਲ ਇੰਨੀ ਹੋਈ। ਕਿਵੇਂ ਸੋਚਿਆ ਬਈ ਮਤਲਬ ਹੋਰ ਬਹੁਤ ਸਾਰੇ ਕੰਮ ਨੇ, ਹਨਾ, ਇੱਧਰ ਨੂੰ ਕਿਉਂ ਸੋਚਿਆ? ਮਤਲਬ ਇੱਧਰ ਨੂੰ ਦੇਖੋ ਅਸੀਂ ਨਵੇਕਲਾ ਕੰਮ ਕਰਨ, ਪਹਿਲਾਂ ਵੀ ਦੱਸਿਆ ਨਵੇਕਲਾ ਕੰਮ ਸ਼ੁਰੂ ਕਰਨ ਦੀ ਸੀ। ਪਹਿਲਾਂ ਜਿਵੇਂ ਆਪਣੇ ਲੋਕਡਾਊਨ ਹੋਇਆ ਜੀ, ਉਦੋਂ ਅਸੀਂ 70-80 ਘਰ ਦੱਸਿਆ ਵੀ ਲੋਕਡਾਊਨ ਹੋਇਆ ਸੀ, ਅਸੀਂ ਸਾਰਿਆਂ ਨੇ ਇਕੱਠੇ ਹੋ ਕੇ 70-80 ਘਰਾਂ ਨੇ ਇੱਕ ਥਾਂ ਤੇ ਉਦੋਂ ਲੰਗਰ ਬਣਾਇਆ ਸੀ, ਪਹਿਲੀ ਸਾਡਾ ਉਹ ਕਦਮ ਪਹਿਲਾਂ ਸੀਗਾ। ਤੇ ਉਦੋਂ ਵੀ ਸਾਨੂੰ ਫੇਸਬੁੱਕ ਤੇ ਜਦੋਂ ਅਸੀਂ ਆਪਣੀ ਪੋਸਟ ਪਾਈ ਕਾਫੀ ਜਾਣੇ ਦੇ ਲਾਈਕ ਆਏ ਸੀ। ਕਿੰਨੇ ਦਿਨਾਂ ਤੋਂ ਮਤਲਬ ਇਹ ਕੰਮ ਚੱਲ ਰਿਹਾ ਜਿਹੜਾ ਤੁਸੀਂ ਵਾਲ ਪੇਂਟਿੰਗ ਦਾ ਕਰ ਰਹੇ ਹੋ ਪਿੰਡ ਚ? ਸਾਨੂੰ 10 ਦਿਨ ਦੇ ਕਰੀਬ ਹੋ ਗਏ ਜੀ, 10 ਦਿਨ ਦੇ ਕਰੀਬ ਹੋ ਗਏ, ਤੇ ਸਾਰੇ ਮੁੰਡੇ ਹਾਜ਼ਰ ਹੀ ਰਹੇ ਆ ਜੀ, ਉਹਨੇ ਹਾਜ਼ਰ ਹੀ ਰਹੇ ਸਰ। ਹਾਂਜੀ ਕੰਮ ਦਾ ਕਿਵੇਂ ਆ ਬਾਈ? ਆਪਾਂ ਉਹਨਾਂ ਘਰਾਂ ਚੋਂ ਆ, ਹਨਾ, ਜਿਹੜੇ ਮਤਲਬ ਹੱਡ ਭੰਨ ਕੇ ਮਿਹਨਤ ਕਰਦੇ, ਹਨਾ, ਰੋਜ਼ ਖਾਣਾ ਰੋਜ਼ ਕਮਾਉਣ ਵਾਲੀ ਗੱਲ ਆ, ਕਿਵੇਂ ਕੰਮ ਦਾ ਕਿਵੇਂ ਸਰਿਆ ਤੁਹਾਡਾ? ਕੰਮ ਦਾ ਦੇਖੋ ਜੀ, ਉਹ ਕਲਾ ਲੋਕਾਂ ਲਈ, ਅਸੀਂ ਵੀ ਦੇਖੋ ਸਾਰੀ ਉਮਰ ਕਮਾਈ ਕਰਨੀ ਆ, ਕੁਛ ਲੋਕਾਂ ਲਈ ਵੀ ਕੀਤਾ ਜਾਵੇ, ਤੇ ਅਸੀਂ ਇਹੀ ਸੋਚ ਕੇ ਸਾਰਾ ਸਾਡੀ, ਚਲੋ ਅਸੀਂ ਪੇਂਡੂ ਮਜ਼ਦੂਰ ਯੂਨੀਅਨ ਵੈਰੋ ਕੇ ਨਾਲ, ਮੰਗਾ ਸਿੰਘ ਵੈਰੋ ਕੇ ਸਾਡੇ ਮੇਨ ਆਗੂ ਨੇ, ਅਸੀਂ ਉਹਨਾਂ ਨਾਲ ਜੁੜੇ ਹੋਏ ਆ, ਉਹਨਾਂ ਦੇ ਸਿੱਖਦੇ ਜਥੇਬੰਦੀ ਦਾ ਵੀ ਥੋੜਾ ਪ੍ਰਭਾਵ ਆਪਾਂ ਕਹਿ ਸਕਦੇ ਹਾਂ। ਇਹ ਸਨ ਸਾਡੇ ਨਾਲ ਨੌਜਵਾਨ ਜਿਨ੍ਹਾਂ ਨੇ ਗੱਲਬਾਤ ਕੀਤੀ, ਔਰ ਸ਼ੁਰੂਆਤ ਬਹੁਤ ਛੋਟੀ ਲੱਗ ਸਕਦੀ ਹੈ ਪਰ ਸੁਨੇਹਾ ਸਾਡੇ ਸਮਾਜ ਵਾਸਤੇ, ਸਾਡੇ ਪਿੰਡਾਂ ਵਾਸਤੇ ਬਹੁਤ ਵੱਡਾ। ਜਦੋਂ ਪੰਜਾਬ ਦੀ ਜਵਾਨੀ ਸੋਸ਼ਲ ਮੀਡੀਆ ਦਾ ਦੌਰ ਆ, ਉਧਰ ਨੂੰ ਅਲਾਰ ਆ, ਔਰ ਉਹਨਾਂ ਟਾਈਮਾਂ 'ਚ ਜਿਹੜੇ ਹੈਗੇ ਆ ਇਹ ਵਾਲ ਪੇਂਟਿੰਗ, ਬਾਬਿਆਂ ਦੇ ਸਲੋਗਨ, ਸ਼ਹੀਦ ਭਗਤ ਸਿੰਘ ਦੇ ਸਲੋਗਨ ਉਹ ਲਿਖੇ ਜਾ ਰਹੇ ਨੇ, ਇਹ ਬਹੁਤ ਵੱਡੀਆਂ ਗੱਲਾਂ ਨੇ। ਸਾਡੇ ਨਾਲ ਹੋਰ ਨੌਜਵਾਨ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਿਹੜਾ ਜੀ ਕੰਮ ਸਾਡੇ ਬੈਠੇ ਨੂੰ 10 ਦਿਨ ਤਕਰੀਬਨ ਹੋ ਗਏ ਜੀ, ਤੇ ਮੈਂ ਸਾਰੇ ਆਪਣੇ ਇੱਥੇ ਨੌਜਵਾਨ ਮੁੰਡਿਆਂ ਦਾ ਧੰਨਵਾਦ ਕਰਦਾ ਪਹਿਲਾਂ, ਜਿਨ੍ਹਾਂ ਨੇ ਇੰਨਾ ਹਿੱਸਾ ਪਾਇਆ ਜੀ, ਕਿਉਂਕਿ ਗਰੀਬ ਘਰਾਂ ਚੋਂ ਸਾਰੇ ਤੇ ਸਰਦਾ, ਵਾਕਈ ਜੋ ਪਹਿਲਾਂ ਗੱਲ ਕੀਤੀ ਆ ਬਹੁਤ ਔਖਾ, ਪਰ ਫਿਰ ਵੀ ਕਿਸੇ ਨੇ 2 ਦਿਨ ਲਵਾਏ, 4 ਦਿਨ ਲਵਾਏ, ਏਦਾਂ ਕਰਕੇ ਜਾਣੀ ਕੰਮ ਨੇਪਰੇ ਚਾੜਿਆ ਜੀ। ਭਾਈ ਜੀ ਨੌਜਵਾਨ ਤੁਹਾਡੇ ਨਾਲ ਬਹੁਤ ਨੇ, ਹਨਾ, ਨੌਜਵਾਨ ਤਾਂ ਉਹ ਗੱਲ ਆ ਵੀ ਨੌਜਵਾਨੀ ਉਹ
ਉਹ ਸਮਾਂ ਆਉਂਦਾ ਜਿੱਥੇ ਮਾਂ ਪਿਓ ਦੇ ਵੀ ਨਹੀਂ ਸੁਣਦੇ, ਪਰ ਤੁਹਾਡੇ ਨਾਲ ਨੌਜਵਾਨ ਆ ਜਿਹੜੇ ਉਹ ਕੰਮ ਕਰਵਾ ਰਹੇ ਨੇ, ਨਾਲ ਤੁਰੇ ਫਿਰਦੇ ਆ ਸਿਖਰ ਦੁਪਹਿਰੇ, ਜੋ ਤੁਸੀਂ ਕੰਮ ਕੀਤਾ ਕਿਵੇਂ, ਮਤਲਬ ਹੈਂਡਲ ਕਿਵੇਂ ਕਰਦੇ ਉਹਨਾਂ ਨੂੰ? ਇਹਦਾ ਸਿਹਰਾ ਜੀ ਮੈਂ ਆਪਣੇ ਜਿਹੜੇ ਮਜ਼ਦੂਰ ਆਗੂ ਆ ਮੰਗਾ ਸਿੰਘ ਨੂੰ ਦੇਊਂਗਾ, ਕਿਉਂਕਿ ਉਹ ਇੱਥੇ ਮੀਟਿੰਗਾਂ ਕਰਦੇ ਰਹਿੰਦੇ ਆ, ਉਹਨਾਂ ਨੂੰ ਕਾਫੀ ਸਾਲ ਹੋ ਗਏ ਜੁੜਿਆਂ ਨੂੰ, ਕਿਉਂਕਿ ਅਸੀਂ ਵੀ ਉਹਨਾਂ ਦੇ ਨਾਲ ਜੁੜੇ ਹਾਂ, ਮਜ਼ਦੂਰ ਯੂਨੀਅਨ ਦੇ ਨਾਲ ਜੁੜੇ ਹਾਂ। ਉਹ ਇੱਥੇ ਮੋਟੀਵੇਟ ਕਰਦੇ ਰਹਿੰਦੇ ਆ, ਆਪਾਂ ਨੂੰ ਸਿਕਸ਼ਾ ਦਿੰਦੇ ਰਹਿੰਦੇ ਆ, ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਆ, ਇਸ ਕਰਕੇ ਜਿਹੜੇ ਨੌਜਵਾਨ ਆ ਸਾਰੇ ਜੁੜੇ ਹੋਏ ਆ। ਹਾਂਜੀ, ਕਿੰਨਾ ਟਾਈਮ ਹੋ ਗਿਆ ਆਪਣਾ ਨੌਜਵਾਨ ਮਤਲਬ ਜੋ ਕੰਮ ਕਰਦੇ ਕਰ ਰਹੇ ਹੋ? ਹਾਂ, ਕੰਮ ਇਹ ਪੇਂਟਰ ਦਾ ਕੰਮ ਤਾਂ ਕਰਦਾ ਨੂੰ ਜੀ, ਸਾਨੂੰ ਘੱਟੋ ਆਪਣਾ ਇਹ ਗੁਰਜੰਤ ਸਿੰਘ ਮੇਨ ਬਾਈ, ਇਹਨੂੰ ਤਾਂ 26 ਸਾਲ ਹੋ ਗਏ ਸਾਲ ਜੀ, 98 ਤੋਂ ਲੱਗੇ ਹੋਏ ਆ, ਸਾਨੂੰ ਵੀ ਯਾਨੀ 15-15 ਸਾਲ ਹੋ ਗਏ ਨਾਲ ਕੰਮ ਕਰਦੇ, ਤੇ ਏਦਾਂ ਚੱਲ ਰਿਹਾ। ਕੀ ਸੁਨੇਹਾ ਕੀ ਦੇਣਾ ਚਾਹੋਗੇ ਇਹਨਾਂ ਪੇਂਟਿੰਗਾਂ ਰਾਹੀਂ? ਸੁਨੇਹਾ ਸਾਡਾ ਇਹ ਹੈ ਜੀ, ਨੌਜਵਾਨ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ, ਆਪਣੇ ਸ਼ਹੀਦਾਂ ਨਾਲ, ਜਿਹੜੇ ਖਾਸ ਕਰ ਆਪਣੇ ਦੱਬੇ ਕੁਚਲੇ ਲੋਕ ਆ, ਮਜ਼ਦੂਰ ਆ, ਉਹਨਾਂ ਨੂੰ ਸੰਘਰਸ਼ ਲੜਨਾ ਪਊਗਾ ਜੀ। ਜੇ ਆਪਾਂ ਸੰਘਰਸ਼ ਲੜਨਾ ਤੇ ਉਹਦੇ ਵਾਸਤੇ ਆਪਾਂ ਨੂੰ ਆਈਡੀਅਲ ਆਪਣੇ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਚਾਹੀਦੇ ਆ, ਨਾ ਕਿ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਵਾਲੇ ਚਾਹੀਦੇ। ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਸਾਰਾ ਲੀਕਿਆ, ਪਹਿਲਾਂ ਕੱਲਾ ਸਾਡਾ ਸੀਗਾ ਵੀ ਦੀਵਾਰਾਂ ਨੂੰ ਰੰਗ ਕੀਤਾ ਜਾਵੇ, ਕਿਉਂਕਿ ਸਾਡੇ ਪਿੰਡ ਬਾਬਾ ਭਾਈ ਦਰੋਏਦਾਰ ਦੀ ਬਰਸੀ ਹੁੰਦੀ ਹਰ ਸਾਲ, ਤੇ ਉਹਦੇ ਵਿਸ਼ੇ ਦੇ ਵਿੱਚ ਅਸੀਂ ਇਹ ਸੋਚਿਆ ਵੀ ਦੀਵਾਰਾਂ ਨੂੰ ਰੰਗ ਕੀਤਾ ਜਾਵੇ। ਬਾਅਦ ਦੇ ਵਿੱਚ ਫਿਰ ਸਾਰਿਆਂ ਨੇ ਵਿਚਾਰ ਬਣਾਇਆ ਵੀ ਕਿਉਂ ਨਾ ਆਪਾਂ ਉਹਦੇ ਤੇ, ਸਾਰੇ ਮੁੰਡੇ ਪੇਂਟਰ ਆਪ ਕੰਮ ਜਾਣਦੇ ਸੀਗੇ, ਤੇ ਉਹਦੇ ਵਿੱਚ ਕੁਲਦੀਪ ਸਿੰਘ ਸੀ, ਗੁਰਜੰਤ ਸਿੰਘ ਸੀ, ਪਿੰਡ ਕਮਾੜੀ ਮੁਸਪਾ ਤੋਂ ਸਾਡਾ ਦੋਸਤ ਆ ਗਗਨ, ਉਹਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਉਹ ਮੁੰਡਾ ਸੀਗਾ, ਤੇ ਇਹ 4-5 ਜਣੇ ਜਾਨੀ ਪੇਂਟਰ ਪੇਂਟਿੰਗਾਂ ਬਣਾਉਣ ਵਾਲੇ ਸੀ, ਅਸੀਂ ਅੱਗੇ ਰੰਗ ਕਰਦੇ ਰਹੇ ਤੇ ਇਹ ਬਣਾ ਰਹੇ ਸੀਗੇ। ਤੋ ਇਹਦੇ ਨਾਲ ਸਾਡਾ ਜਾਨੀ ਇਹ ਵਿਚਾਰ ਬਣਿਆ ਕਿ ਅਸੀਂ ਪੇਂਟਿੰਗਾਂ ਬਣਾਈਏ ਤੇ ਇੱਕ ਚੰਗਾ ਜਿਹੜਾ ਸੱਜਾ ਸੁਨੇਹਾ ਦੇਈਏ, ਤੇ ਬਈ ਕੋਈ ਮੰਨ ਲਓ 2-4 ਬੰਦੇ ਵੀ ਉਹਨੂੰ ਪੜ੍ਹ ਕੇ ਜੇ ਚੰਗੇ ਰਾਹ ਜਾਂ ਸਾਡੇ ਨਾਲ ਜੁੜਦੇ ਆ ਤੇ ਅਸੀਂ ਉਹਨੂੰ ਆਪਦੀ ਪ੍ਰਾਪਤੀ ਸਮਝਾਂਗੇ, ਹਨਾ। ਕਿਵੇਂ ਦਾ ਰਿਸਪੌਂਸ ਆ ਪਿੰਡ ਦੇ ਲੋਕਾਂ ਦਾ, ਪਿੰਡ ਦੇ ਨੌਜਵਾਨਾਂ ਦਾ, ਕਿੱਦਾਂ ਦਾ ਰਿਸਪੌਂਸ ਆ ਜਿਹੜਾ ਉਹਨਾਂ ਨੂੰ ਮਿਲ ਰਿਹਾ ਹੈਗਾ, ਮਿਲ ਰਹੀ ਹੈ ਸ਼ਾਬਾਸ਼? ਹਾਂਜੀ, ਸ਼ਾਬਾਸ਼ ਬਹੁਤ ਮਿਲ ਰਹੀ ਹੈ ਜੀ, ਇੱਥੋਂ ਰੋਡ ਤੋਂ ਜਦੋਂ ਵੀ ਕੋਈ ਲੰਘਦਾ ਹਰੇਕ ਬੰਦਾ ਦੇਖ ਕੇ ਰੁਕ ਕੇ ਜਾਂਦਾ, ਕਈਆਂ ਬੰਦਿਆਂ ਦਾ ਫੋਨ ਵੀ ਆਏ ਬਈ ਜੀ ਤੁਹਾਨੂੰ ਜਦੋਂ ਤੁਹਾਡੇ ਪਿੰਡ ਲੰਘੇ, ਫੇਸਬੁੱਕ ਤੇ ਵੀਡੀਓ ਪਾਈ ਸੀ ਤੇ ਉਹਨਾਂ ਦੇ ਫੋਨ ਵੀ ਆਏ, ਜਦੋਂ ਵੀ ਮਿਲ ਕੇ ਜਾਵਾਂਗੇ ਬਈ ਜੀ ਅਸੀਂ ਵੀ ਕੰਮ ਕਰਾਉਣਾ, ਕਈ ਬੰਦਿਆਂ ਦੇ ਫੋਨ ਵੀ ਆਉਂਦੇ ਆ ਜੀ। ਹਾਂਜੀ, ਕੀ ਸੋਚਿਆ ਕੀ ਅੱਗੇ, ਮਤਲਬ ਅੱਗੇ ਵੀ ਇਦਾਂ ਦੇ ਕੋਈ ਪ੍ਰੋਗਰਾਮ ਸੋਚੇ ਹੋਏ ਆ ਬਈ ਪੇਂਟਿੰਗ ਹੋ ਗਈ, ਉਸ ਤੋਂ ਬਾਅਦ ਦਾ ਕੀ ਸੋਚਿਆ ਹੈਗਾ ਬਈ ਅੱਗੇ ਆਪਾਂ ਆਹ ਪ੍ਰੋਗਰਾਮ ਕਰਨਾ ਪਿੰਡ ਵਾਸਤੇ, ਲੋਕਾਂ ਵਾਸਤੇ, ਸਮਾਜ ਵਾਸਤੇ? ਅਸੀਂ ਹਾਂਜੀ ਬਈ ਜੀ, ਸਾਡੀ ਯੂਨੀਅਨ ਆ ਜੀ, ਉਹ ਜਿਵੇਂ ਕਹਿੰਦੀ ਆ ਜੀ ਉਦਾਂ ਹੀ ਕਰਦੇ ਆ ਜੀ, ਅੱਗੇ ਬਾਰੇ ਵੀ ਸੋਚਦੇ ਆ ਜੀ। ਹਾਂਜੀ, ਜਿਵੇਂ ਜਵਾਕਾਂ ਦੀ ਪੜ੍ਹਾਈ ਦਾ ਮਸਲਾ ਜੀ, ਉਹਨਾਂ ਨੂੰ ਜਿਵੇਂ ਗਰੀਬ ਬੱਚੇ ਆ, ਕਿਸੇ ਨੂੰ ਕਿਤਾਬਾਂ ਦੀ ਲੋੜ ਆ ਜਾਂ ਕਿਸੇ ਵੀ ਚੀਜ਼ ਦੀ ਵਰਤੀ ਦੀ, ਬੂਟਾਂ ਦੀ, ਕਿਸੇ ਵੀ ਚੀਜ਼ ਦੀ ਲੋੜ ਆ, ਉਹਦੇ ਬਾਰੇ ਅਸੀਂ ਪੈਸੇ ਇਕੱਠੇ ਕਰਕੇ ਰੱਖਦੇ ਹੁੰਦੇ ਜੇ ਵੀ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਆ ਗਰੀਬ। ਇਹਨਾਂ ਨੌਜਵਾਨ ਦਾ ਟੇਸਟ ਉਹ ਨਹੀਂ ਹੈਗਾ ਕਿ ਨੱਚਦੀ ਨੀ ਤੇਰੀ ਬਾਂਹ ਫੜ ਲਈ ਤੇ ਜਾਂ ਕੋਈ ਜਿਵੇਂ ਉਹ ਲੱਕ ਦੇ ਠੁੰਕੇ ਮਿਲਣ ਵਾਲੀ ਗੱਲ ਹੈ, ਇਸ ਤਰ੍ਹਾਂ ਦੀ ਨਹੀਂ ਇਹਨਾਂ ਦੀ ਟੇਸਟ ਹੈਗੀ। ਇਹਨਾਂ ਦੀ ਜਿਹੜੀ ਟੇਸਟ ਹੈ, ਜਿਵੇਂ ਸਾਡੇ ਸਾਥੀਆਂ ਨੇ ਗੱਲ ਕੀਤੀ ਹੈ ਕਿ ਇੱਥੇ ਮਜ਼ਦੂਰ ਜਥੇਬੰਦੀ ਲਗਾਤਾਰ ਸੰਘਰਸ਼ੀਲ ਹੈ, ਇਹਨਾਂ ਨੂੰ ਪਤਾ ਹੈ ਕਿ ਸਾਡੇ ਲਈ ਕਿਹੜੀ ਜਮਾਤ ਸੰਘਰਸ਼ ਕਰਨ ਵਾਲੀ ਹੈ ਤੇ ਕਿਹੜੀ ਸਾਨੂੰ ਲੁੱਟਣ ਵਾਲੀ ਹੈਗੀ ਹੈ। ਲਗਾਤਾਰ ਜਦੋਂ ਇਸ ਤਰ੍ਹਾਂ ਦੇ ਵਿਚਾਰ, ਚਾਹੇ ਉਹੀ ਨਾਟਕ ਲਾ ਲਈਏ, ਚਾਹੇ ਕੋਰੋਗ੍ਰਾਫੀਆਂ ਲਾ ਲਈਏ, ਚਾਹੇ ਵੱਡੇ ਕਾਠੀ ਇਸ ਪਾਸੇ ਲਾ ਲਈਏ, ਤਾਂ ਉਹਦੇ 'ਚ ਵੱਡੀ ਗਿਣਤੀ ਵਿੱਚ ਇਹ ਨੌਜਵਾਨ ਸ਼ਾਮਿਲ ਹੁੰਦੇ ਆ, ਔਰ ਧਰਨਿਆਂ ਮੁਜ਼ਾਹਰਿਆਂ 'ਚ ਵੀ ਕੋਈ ਵੀ ਜਿਵੇਂ ਆਪਾਂ ਕਹਿ ਦਈਏ ਐਕਟੀਵਿਟੀ ਆ ਜਿਹੜੀ ਲੋਕ ਵਿਰੋਧੀ ਆ, ਉਹਦੇ ਵਿਰੋਧ ਦੇ ਵਿੱਚ ਇਹ ਨੌਜਵਾਨ ਆ ਜਿਹੜੇ ਉਹ ਖੜੇ ਹੁੰਦੇ ਆ। ਔਰ ਇਹ ਜਿਹੜੀ ਪੇਂਟਿੰਗ ਕੀਤੀ ਆ, ਸਭ ਤੋਂ ਪਹਿਲਾਂ ਜਿਹੜੇ ਸਾਡੇ ਸਤਿਕਾਰਯੋਗ ਸਾਥੀ ਬੋਲੇ ਨੇ ਮੇਰੇ ਤੋਂ ਪਹਿਲਾਂ, ਇਹਨਾਂ ਨੇ ਪਹਿਲਾਂ ਮਨ ਬਣਾਇਆ ਸੀਗਾ ਕਿ ਆਪਾਂ ਰੰਗ ਕਰਨਾ ਹੈਗਾ। ਉਸ ਤੋਂ ਬਾਅਦ ਜਦੋਂ ਦੁਬਾਰਾ ਮੀਟਿੰਗ ਹੋਈ, ਦੁਬਾਰਾ ਬੈਠੇ, ਤਾਂ ਉਹਦੇ ਵਿੱਚ ਇਹ ਜਿਹੜੀ ਵਾਲ ਪੇਂਟਿੰਗ ਵਾਲੀ ਗੱਲ ਆ ਸਰਦਾਰ ਭਗਤ ਸਿੰਘ ਦੀ,
ਫੋਟੋ ਵਾਲੀ ਗੱਲ ਹੈਗੀ ਆ, ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਹੈਗੀ ਆ, ਕਰਤਾਰ ਸਿੰਘ ਸਰਾਭੇ ਜੀ ਵਾਲੀ ਹੈਗੀ ਆ, ਊਧਮ ਸਿੰਘ ਵਾਲੀ ਹੈਗੀ ਆ, ਡਾਕਟਰ ਭੀਮ ਰਾਓ ਅੰਬੇਦਕਰ ਵਾਲੀ ਹੈਗੀ ਆ, ਜਾਂ ਕੁਦਰਤ ਨਾਲ ਸੰਬੰਧਿਤ ਕਿ ਦਰਖਤਾਂ ਨੂੰ ਜਿਹੜਾ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ, ਪਾਣੀ ਨੂੰ ਸੇਫ ਰੱਖਣਾ ਚਾਹੀਦਾ, ਜਾਂ ਜਿਹੜੇ ਪੰਛੀ ਹੈਗੇ ਆ ਉਹਨਾਂ ਲਈ ਉਹਨਾਂ ਨੂੰ ਆਪਾਂ ਗਰਮੀਆਂ ਸਰਦੀਆਂ ਦੇ ਵਿੱਚ ਕਿਵੇਂ ਬਚਾ ਸਕਦੇ ਹੈਗੇ ਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਵੇਂ ਆਪਾਂ ਕਹਿ ਦਈਏ ਸਾਰੀਆਂ ਹੀ ਹਾਥੀ ਦੀ ਪੈੜ, ਸਾਰੀਆਂ ਪੈੜਾਂ ਜਿਵੇਂ ਆਪਾਂ ਕਹਿ ਦਈਏ ਆ ਜਾਂਦੀਆਂ ਹੈਗਾ, ਇਹਨਾਂ ਨੇ ਵੱਡੇ ਮਨ ਨਾਲ, ਵਿਸ਼ਾਲ ਮਨ ਦੇ ਨਾਲ, ਖਾਸ ਕਰਕੇ ਇਨਕਲਾਬੀ ਲਹਿਰ ਨੂੰ ਵੀ ਸਮਰਪਿਤ ਹੋਏ ਆ, ਔਰ ਇਹਦੇ ਨਾਲ ਨਾਲ ਜਿਹੜੀ ਵਾਤਾਵਰਨ ਪੱਖੀ ਇਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਕਿ ਅੱਜ ਕਿੰਨੀ ਲੋੜ ਹੈਗੀ ਆ ਵਾਤਾਵਰਨ ਨੂੰ ਬਚਾਉਣ ਦੀ, ਕਿੰਨੀ ਲੋੜ ਹੈਗੀ ਆ ਜਵਾਨੀ ਨੂੰ ਬਚਾਉਣ ਦੀ। ਔਰ ਇਸ ਤੋਂ ਇੱਕ ਵੱਡੀ ਗੱਲ ਉਹ ਹੋਰ ਵੀ ਹੈਗੀ ਆ ਕਿ ਜਿਹੜਾ ਇਧਰਲਾ ਸਾਡਾ ਮੁਹੱਲਾ ਹੈਗਾ, ਇੱਕ ਵੀ ਬੰਦਾ ਜਿਹੜਾ ਉਹ ਨਸ਼ੇ ਦਾ ਆਦੀ ਨਹੀਂ ਹੈਗਾ, ਸਭ ਤੋਂ ਵੱਡੀ ਇਹ ਗੱਲ ਹੈ। ਔਰ ਲਗਾਤਾਰ ਆ ਜਿਹੜਾ ਮਜ਼ਦੂਰ ਜਥੇ ਵੀ ਬੰਦੀ ਹੈ ਜਿਹੜੀ ਇਧਰਲੇ ਪੈ ਸਰਗਰਮ ਰਹਿੰਦੀ ਆ, ਔਰ ਇਹਨਾਂ ਨੌਜਵਾਨਾਂ ਨੂੰ ਕਿਤੇ ਮੈਗਜ਼ੀਨ ਰਾਹੀਂ ਕੋਈ ਕਿਤਾਬ ਦਿੱਤੀ ਜਾਂਦੀ ਹੈ, ਕੋਈ ਇਨਕਲਾਬੀ ਕੋਈ ਸਾਹਿਤ ਦਿੱਤਾ ਜਾਂਦਾ, ਜਿਹਦੇ ਕਰਕੇ ਇਹਨਾਂ ਨੂੰ ਲੱਗਿਆ, ਕਿਉਂਕਿ ਆਪਾਂ ਸਾਰੇ ਦੇਖਦੇ ਹੈਗਾ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਕੀ ਬਣਾ ਦਿੰਦੇ ਹੈਗੇ ਆ ਕਿ ਤਿੱਤਲੀਆਂ ਉੱਡੀਆਂ ਬਣਾ ਦਿੰਦੇ ਹੈਗੇ ਆ, ਜਾਂ ਵੱਧ ਤੋਂ ਵੱਧ ਕੀ ਬਣਾ ਦਿੰਦੇ ਹੈਗੇ ਕਿ ਜਿਹੜੇ ਢੋਲ ਢਮੱਕੇ ਵਾਲੇ ਹੈਗੇ ਜਾਂ ਕੁੜੀਆਂ ਮੁੰਡੇ ਉਹ ਬਣਾ ਦਿੰਦੇ ਹੈਗੇ ਆ, ਪਰ ਇਹਨਾਂ ਦੇ ਮਨ ਦੇ ਵਿੱਚ ਤਾਂ ਹੀ ਇਹ ਪੈਦਾ ਹੋਈ ਆ ਕਿਉਂਕਿ ਇਹ ਇਨਕਲਾਬੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੁੰਦੇ ਆ, ਔਰ ਇਨਕਲਾਬੀਆਂ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਦੇ ਕਾਰਨ ਹੀ ਇਹਨਾਂ ਨੇ ਸਭ ਤੋਂ ਵੱਡਾ ਸਲੋਗਨ ਆ ਜਿਹੜਾ ਬਾਬਾ ਨਾਨਕ ਜਿਹਨੇ ਬਾਪਰ ਨੂੰ ਜਾਬਰ ਕਿਹਾ, ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਮਨੁੱਖ ਦੀ ਜ਼ਿੰਦਗੀ ਉਹਨਾਂ ਸਮਾਂ ਵਧੀਆ ਨਹੀਂ ਹੋ ਸਕਦੀ ਜਿੰਨਾ ਸਮਾਂ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਗੀ। ਔਰ ਹੋਰ ਜਿੰਨੇ ਵੀ ਕ੍ਰਾਂਤੀਕਾਰੀ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਜਿਵੇਂ ਆਪਾਂ ਕਹਿ ਦਈਏ ਜਨਮ ਡੇਟ, ਜਾਂ ਉਹਨਾਂ ਦਾ ਜਿਹੜਾ ਜਿਵੇਂ ਆਪਾਂ ਕਹਿ ਦਈਏ ਕਿ ਸ਼ਹੀਦੀ ਕਦੋਂ ਹੋਈ, ਉਹਨਾਂ ਦੀਆਂ ਸਾਰੀਆਂ ਬਕਾਇਦਾ ਤਰੀਕਾ ਪਾਈਆਂ ਉਹਦੇ ਵਿੱਚ, ਔਰ ਇਹ ਵੱਡੀ ਪ੍ਰਾਪਤੀ ਹੈ ਮੇਰੇ ਪਿੰਡ ਦੇ ਨੌਜਵਾਨਾਂ ਦੀ। ਔਰ ਜੇ ਕਹਿਣਾ ਹੋਵੇ ਤਾਂ ਇੱਕ ਪਿੱਛੇ ਇਹ ਗੀਤ ਆਇਆ ਸੀਗਾ ਕਿ ਮੈਨੂੰ ਹਰ ਗੱਭਰੂ ਦੇ ਵਿੱਚੋਂ ਦਿਸਦੀ ਆ ਤਸਵੀਰ ਭਗਤ ਸਿੰਘ ਦੀ, ਔਰ ਮੈਨੂੰ ਔਰ ਇਹਨਾਂ ਸਾਰੇ ਨੌਜਵਾਨਾਂ ਦੇ ਵਿੱਚੋਂ ਸੱਚੋ ਹੀ ਭਗਤ ਸਿੰਘ ਦੀ ਤਸਵੀਰ ਦਿਸਦੀ ਹੈਗੀ। ਕਹਿੰਦਾ ਜਿਹੜੇ ਇਦਾਂ ਦੇ ਕੰਮ ਹੁੰਦੇ ਆ, ਅਕਸਰ ਅਸੀਂ ਸਟੋਰੀਆਂ ਦੇਖਦੇ ਹਾਂ, ਟੈਲੀਵਿਜ਼ਨਾਂ 'ਚ ਦੇਖਦੇ ਹਾਂ, ਸੋਸ਼ਲ ਮੀਡੀਆ 'ਚ ਦੇਖਦੇ ਹਾਂ, ਇਦਾਂ ਦੇ ਕੰਮ NRI ਦੇ ਸਹਿਯੋਗ ਨਾਲ ਕਰਵਾਏ ਜਾਂਦੇ ਆ, ਪਰ ਇੱਥੇ ਮਜ਼ਦੂਰਾਂ ਨੇ ਜਿਹੜਾ ਆਪ ਤਹੱਈਆ ਕੀਤਾ, ਕਿਵੇਂ ਦੇਖਦੇ ਹੋ ਚੀਜ਼ ਨੂੰ? ਨੌਜਵਾਨਾਂ ਨੇ 10 ਦਿਨ ਹੋ ਗਏ ਕੰਮ ਨਹੀਂ ਕੀਤਾ ਗਾ, ਉਹ ਮਜ਼ਦੂਰ ਪਰਿਵਾਰ ਤੁਸੀਂ ਮਜ਼ਦੂਰਾਂ 'ਚ ਕੰਮ ਕੀਤਾ ਲੰਮਾ ਸਮਾਂ ਹੋ ਗਿਆ, ਤੁਹਾਨੂੰ ਉਹਨਾਂ ਦੀਆਂ ਤਕਲੀਫਾਂ ਬਾਰੇ ਜ਼ਿਆਦਾ ਜਾਣਕਾਰੀ ਆ, ਕਿਵੇਂ ਦੇਖਦੇ ਹੋ? ਹਨਾ, ਇਹੋ ਜਿਹੇ ਕੰਮ ਜਿਹੜੇ NRI ਦੇ ਸਹਿਯੋਗ ਨਾਲ ਹੁੰਦੇ ਆ, ਔਰ ਇੱਕ ਪਾਸੇ ਮਜ਼ਦੂਰ ਇਹ ਕਰ ਰਹੇ ਆ, ਉਹ ਚੀਜ਼ ਨੂੰ ਕਿਵੇਂ ਬਿਆਨ ਕਰੋਗੇ? ਦੇਖੋ ਜੀ, ਸਭ ਤੋਂ ਪਹਿਲ ਵੱਡੀ ਗੱਲ ਸੀਗੀ ਮਜ਼ਦੂਰ ਨੌਜਵਾਨ, ਇਹਨਾਂ ਨੌਜਵਾਨਾਂ ਨੇ ਔਰ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਪੈਸੇ ਦਾ ਅਰੇਂਜ ਕੀਤਾ, ਔਰ ਅਸੀਂ ਕਿਸੇ ਨੂੰ ਕਿਹਾ ਨੀਗਾ। ਔਰ ਇੱਕ ਸਾਡਾ ਵੀਰ, ਸਾਡਾ ਵੱਡਾ ਬਾਈ ਇੱਥੋਂ ਮੇਰੇ ਪਿੰਡ ਵੈਰੋਕੇ ਤੋਂ ਦਲਵਿੰਦਰ ਸਿੰਘ ਧਾਨਾ, ਉਹਨਾਂ ਨੂੰ 5,000 ਰੁਪਇਆ ਸਹਾਇਤਾ ਵਾਸਤੇ ਭੇਜਿਆ ਵੀ ਤੁਹਾਡੀ ਜਿਹੜੀ ਕੰਮ ਦੀ ਜਿਹੜੀ ਇਹ ਆ ਬਹੁਤ ਵਧੀਆ।